ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਗਰੀ ਪਾਉਂਟਾ ਸਾਹਿਬ ਵਿਖੇ ਮੇਰੇ ਨਾਲ ਨੇ ਮੇਰੇ ਮਿੱਤਰ ਸਾਹਿਬ ਬਲਵਿੰਦਰ ਸਿੰਘ ਹੋਰੀ। ਉਹ ਅੱਜ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਪਾਉਂਟਾ ਸਾਹਿਬ ਦੇ। ਬਾਈ ਢਾਡ ਦੇ ਰਾਜਿਆਂ ਵਿੱਚ ਅਕਸਰ ਝਗੜੇ ਰਹਿੰਦੇ ਸੀ। ਨਾਹਨ ਰਿਆਸਤ ਦੇ ਰਾਜਾ ਮੇਦਿਨੀ ਪ੍ਰਕਾਸ਼ ਦਾ ਕੁਝ ਇਲਾਕਾ ਸ਼੍ਰੀਨਗਰ ਦੇ ਰਾਜਾ ਫਤਿਹ ਸ਼ਾਹ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਨੂੰ ਮੁੜ ਹਾਸਲ ਕਰਨ 'ਚ ਮੇਦਿਨੀ ਪ੍ਰਕਾਸ਼ ਅਸਫਲ ਰਿਹਾ। ਉਸਨੇ ਆਪਣੀ ਰਿਆਸਤ ਦੇ ਪ੍ਰਸਿੱਧ ਤਪੱਸਵੀ ਸਾਧੂ ਕਾਲਪੀ ਤੋਂ ਸਲਾਹ ਮੰਗੀ। ਰਿਸ਼ੀ ਕਾਲਪੀ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹੀ ਤੁਹਾਡਾ ਸੰਕਟ ਦੂਰ ਕਰਨਗੇ। ਮੇਦਿਨੀ ਪ੍ਰਕਾਸ਼ ਦੇ ਸੱਦੇ 'ਤੇ ਸੰਨ 1685 ਵਿੱਚ ਗੁਰੂ ਜੀ ਨਾਹਨ ਪੁੱਜੇ। ਕੁਝ ਦਿਨ ਉੱਥੇ ਰਹਿ ਕੇ ਉਹਨਾਂ ਕਈ ਥਾਵਾਂ ਦੇਖੀਆਂ। ਕਹਿੰਦੇ ਨੇ ਕਿ ਇੱਥੇ ਆ ਕੇ ਉਹਨਾਂ ਦਾ ਘੋੜਾ ਰੁਕ ਗਿਆ ਅਤੇ ਗੁਰੂ ਜੀ ਨੇ ਇਸ ਸਥਾਨ ਨੂੰ ਪਾਉਂ ਟਿੱਕਾ ਆਖਦਿਆਂ ਪਾਉਂਟਾ ਦਾ ਨਾਂ ਦਿੱਤਾ ਅਤੇ ਇਸ ਨਗਰ ਦੀ ਨੀਂਹ ਰੱਖੀ। ਗੁਰੂ ਸਾਹਿਬ ਨੇ ਸਿਰਫ ਇੱਕੋ ਇੱਕ ਨਗਰ ਦਾ ਨਾਂ ਰੱਖਿਆ ਅਤੇ ਉਹ ਇਹੀ ਨਗਰ ਪਾਉਂਟਾ ਸਾਹਿਬ ਹੈ। ਗੁਰੂ ਜੀ ਇੱਥੇ ਕਰੀਬ 4.5 ਸਾਲ ਰਹੇ ਅਤੇ ਇੱਥੇ ਬਹੁਤ ਸਾਰੇ ਸਾਹਿਤ ਅਤੇ ਬਾਣੀ ਦੀ ਰਚਨਾ ਕੀਤੀ। ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਪ੍ਰਾਚੀਨ ਸਾਹਿਤ ਦੀਆਂ ਰਚਨਾਵਾਂ ਨੂੰ ਵੀ ਹੋਰਨਾਂ ਕਵੀਆਂ ਕੋਲੋਂ ਸਰਲ ਭਾਸ਼ਾ ਵਿੱਚ ਲਿਖਵਾਇਆ। ਉਹਨਾਂ ਇੱਥੇ ਕਵੀ ਦਰਬਾਰ ਦੀ ਸਥਾਪਨਾ ਵੀ ਕੀਤੀ, ਜਿਸ ਵਿੱਚ 52 ਭਾਸ਼ਾਵਾਂ ਦੇ ਕਵੀ ਸ਼ਾਮਲ ਸਨ। ਗੁਰੂ ਜੀ ਪੂਰਨਮਾਸ਼ੀ ਨੂੰ ਇੱਥੇ ਕਵੀ ਦਰਬਾਰ ਵੀ ਕਰਵਾਉਂਦੇ ਸਨ। ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਕਿ ਪਾਉਂਟਾ ਸਾਹਿਬ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਸਥਾਨ ਵੀ ਹੈ। ਲੋਕ ਕਥਾਵਾਂ ਮੁਤਾਬਕ ਰਾਜਾ ਮੇਦਿਨੀ ਪ੍ਰਕਾਸ਼ ਵੱਲੋਂ ਗੁਰੂ ਜੀ ਲਈ ਬਣਵਾਏ ਗਏ ਸਥਾਨ ਕੋਲੋਂ ਲੰਘਦੀ ਯਮੁਨਾ ਬਹੁਤ ਸ਼ੋਰ ਪੈਦਾ ਕਰਦੀ ਸੀ। ਗੁਰੂ ਜੀ ਨੇ ਉਸ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ, ਜਿਸ ਨੂੰ ਉਹ ਅੱਜ ਵੀ ਮੰਨ ਰਹੀ ਹੈ। ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ 13 ਯੁੱਧ ਲੜੇ ਅਤੇ ਉਹਨਾਂ ਦੀ ਪਹਿਲੀ ਲੜਾਈ 1686 ਵਿੱਚ ਉਸ ਸਮੇਂ ਲੜੀ ਗਈ ਜਦੋਂ ਉਹਨਾਂ ਦੀ ਉਮਰ 20 ਸਾਲ ਤੋਂ ਘੱਟ ਸੀ। ਉਹਨਾਂ ਇਸ ਲੜਾਈ ਵਿੱਚ ਰਾਜਾ ਫਤਿਹ ਸ਼ਾਹ ਨੂੰ ਹਰਾਇਆ। ਬਾਈ ਧਾਰ ਦੇ ਰਾਜਿਆਂ ਦੀ ਫੌਜ ਦੀ ਗਿਣਤੀ 25,000 ਸੀ। ਪਾਉਂਟਾ ਸਾਹਿਬ ਤੋਂ ਹੀ ਗੁਰੂ ਜੀ ਨੇ 5 ਸਿੰਘਾਂ ਨੂੰ ਉੱਚ ਵਿੱਦਿਆ ਲਈ ਬਨਾਰਸ ਭਾਵ ਕਾਸ਼ੀ ਭੇਜਿਆ, ਜੋ ਬਾਅਦ ਵਿੱਚ ਨਿਰਮਲੇ ਸਿੰਘ ਕਹਾਏ। ਇੱਥੇ ਹੀ ਉਹਨਾਂ ਸ਼੍ਰੀ ਜਾਪ ਸਾਹਿਬ, ਅਕਾਲ ਉਸਤਤ, ਚੰਡੀ ਦੀ ਵਾਰ ਅਤੇ ਵਿਚਿੱਤਰ ਨਾਟਕ ਦੇ ਕਾਫੀ ਹਿੱਸੇ ਦੀ ਰਚਨਾ ਕੀਤੀ। ਜਿਨ੍ਹਾਂ ਕਲਮਾਂ ਨਾਲ ਉਹਨਾਂ ਬਾਣੀ ਦੀ ਰਚਨਾ ਕੀਤੀ, ਉਹਨਾਂ ਕਲਮਾਂ ਦੇ ਅਤੇ ਉਹਨਾਂ ਦੇ ਸ਼ਸਤਰਾਂ ਦੇ ਗੁਰਦੁਆਰਾ ਸਾਹਿਬ ਅੰਦਰ ਦਰਸ਼ਨ ਕੀਤੇ ਜਾ ਸਕਦੇ ਹਨ। ਇਹ ਹੈ ਗੁਰਦੁਆਰਾ ਪਾਉਂਟਾ ਸਾਹਿਬ ਦੀ ਮੁੱਖ ਇਮਾਰਤ, ਜਿੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਅੰਦਰ ਸਾਹਮਣੇ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਅਤੇ ਨਾਲ ਹੀ ਕੀਰਤਨ ਦਾ ਗਾਇਨ ਹੋ ਰਿਹਾ ਹੈ। ਬਾਹਰ ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਯਮੁਨਾ ਕਿਨਾਰੇ ਵੱਲ ਗੁਰਦੁਆਰਾ ਕਵੀ ਦਰਬਾਰ ਸਾਹਿਬ ਸੁਸ਼ੋਭਿਤ ਹੈ। ਇੱਥੇ ਗੁਰੂ ਸਾਹਿਬ ਕਵੀਆਂ ਤੋਂ ਉਹਨਾਂ ਦੀਆਂ ਕਵਿਤਾਵਾਂ ਸੁਣਦੇ ਸਨ ਅਤੇ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਅਤੇ ਮਾਇਆ ਦੇ ਗੱਫੇ ਬਖਸ਼ਦੇ। ਇੱਥੇ ਹੀ ਗੁਰੂ ਸਾਹਿਬ ਨੇ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਘਾਈਆ ਜੀ ਤੋਂ ਕਵਿਤਾ ਦੇ ਅਰਥ ਕਰਵਾ ਕੇ ਚੰਦਨ ਕਵੀ ਦਾ ਹੰਕਾਰ ਤੋੜਿਆ ਅਤੇ ਇੱਥੇ ਹੀ ਯਮੁਨਾ ਨੂੰ ਸ਼ਾਂਤ ਰਹਿ ਕੇ ਚੱਲਣ ਦਾ ਹੁਕਮ ਦਿੱਤਾ। ਗੁਰਦੁਆਰਾ ਕਵੀ ਦਰਬਾਰ ਸਾਹਿਬ ਅਸਥਾਨ ਦੇ ਖੱਬੇ ਹੱਥ ਯਮੁਨਾ ਨਦੀ ਦੇ ਗੋਬਿੰਦ ਘਾਟ ਦੇ ਬਿਲਕੁਲ ਅੱਗੇ ਸਾਹਮਣੇ ਹੀ ਗੁਰਦੁਆਰਾ ਦਸਤਾਰ ਅਸਥਾਨ ਸਾਹਿਬ ਸੁਸ਼ੋਭਿਤ ਹੈ। ਇੱਥੇ ਬੈਠ ਕੇ ਗੁਰੂ ਜੀ ਖੁਦ ਕੁਦਰਤੀ ਨਜ਼ਾਰੇ ਮਾਣਦੇ ਹੋਏ ਸ਼ੀਸ਼ੇ ਵਿੱਚ ਦਸਤਾਰ ਸਜਾਇਆ ਕਰਦੇ ਸਨ। ਇੱਥੇ ਹੀ ਉਹ ਸੁੰਦਰ ਦਸਤਾਰੇ ਸਜਾਉਣ ਵਾਲਿਆਂ ਨੂੰ ਇਨਾਮ ਦਿਆ ਕਰਦੇ ਸਨ। ਭੰਗਾਣੀ ਦੇ ਯੁੱਧ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ਜਦੋਂ ਇੱਕ ਦਿਨ ਉਹ ਆਪਣੇ ਕੇਸਾਂ ਨੂੰ ਕੰਘਾ ਕਰ ਰਹੇ ਸਨ ਤਾਂ ਇਸ ਯੁੱਧ ਵਿੱਚ ਦੋ ਪੁੱਤਰ, ਭਰਾ ਅਤੇ ਮਰੀਦਾਂ ਦੀ ਸ਼ਹਾਦਤ ਦੇਣ ਵਾਲੇ ਪੀਰ ਬੁੱਧੂ ਸ਼ਾਹ ਸੰਡੌਰੇ ਵਾਲੇ ਵਾਪਸ ਪਰਤਣ ਲਈ ਗੁਰੂ ਜੀ ਤੋਂ ਆਗਿਆ ਮੰਗਣ ਆਏ।
ਗੁਰੂ ਜੀ ਨੇ ਆਖਿਆ, ਪੀਰ ਜੀ ਅਸੀਂ ਤੁਹਾਡੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ, ਜੋ ਮੰਗਣਾ ਹੈ ਮੰਗੋ। ਪੀਰ ਜੀ ਨੇ ਆਖਿਆ ਕਿ ਜੇ ਤੁੱਠੇ ਹੋ ਭਾਵ ਪ੍ਰਸੰਨ ਹੋ ਤਾਂ ਇਹ ਕੰਘਾ ਜੋ ਆਪ ਕਰ ਰਹੇ ਹੋ ਕੇਸਾਂ ਸਮੇਤ ਮੈਨੂੰ ਬਖਸ਼ੋ ਜੀ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਅੱਧੀ ਦਸਤਾਰ ਅਤੇ ਕੇਸਾਂ ਸਮੇਤ ਕੰਘਾ ਪੀਰ ਜੀ ਨੂੰ ਸਿਰੋਪੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਇਸ ਅਸਥਾਨ ਦੇ ਵਿਹੜੇ ਵਿੱਚ ਹੀ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸੁਸ਼ੋਭਿਤ ਹੈ। ਇੱਥੇ ਵੀ ਮੱਥਾ ਟੇਕਣ ਲਈ ਆਉਂਦੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ ਹੀ ਪਿਛਵਾੜੇ ਵਹਿੰਦੀ ਸ਼ਾਂਤ ਯਮੁਨਾ ਨਦੀ ਦੇ ਨਜ਼ਾਰੇ ਤੱਕਦੀ ਹੈ। ਇਹਨਾਂ ਗੁਰਦੁਆਰਾ ਸਾਹਿਬਾਨ ਦੇ ਐਨ ਵਿਚਕਾਰ ਲੰਗਰ ਹਾਲ ਹੈ, ਜਿੱਥੇ ਨਿਰੰਤਰ ਲੰਗਰ ਚੱਲਦਾ ਰਹਿੰਦਾ ਹੈ। ਗੁਰਦੁਆਰਾ ਸਾਹਿਬ 'ਚ ਰਿਹਾਇਸ਼ ਦਾ ਵੀ ਸੁਚੱਜਾ ਪ੍ਰਬੰਧ ਹੈ। ਇੱਥੇ ਪੁੱਜਣ ਲਈ ਨਜ਼ਦੀਕੀ ਹਵਾਈ ਅੱਡਾ ਜੌਲੀ ਗ੍ਰਾਂਟ 61 ਕਿਲੋਮੀਟਰ ਦੇ ਫਾਸਲੇ 'ਤੇ ਹੈ। ਗੱਡੀ ਰਾਹੀਂ ਪੁੱਜਣਾ ਹੋਵੇ ਤਾਂ ਦੇਹਰਾਦੂਨ ਰੇਲਵੇ ਸਟੇਸ਼ਨ ਤੋਂ 45 ਕਿਲੋਮੀਟਰ ਦਾ ਫਾਸਲਾ ਹੈ ਅਤੇ ਸੜਕ ਮਾਰਗ ਰਾਹੀਂ ਇੱਥੇ ਪੁੱਜਣ ਲਈ 45 ਕਿਲੋਮੀਟਰ ਦੂਰ ਦੇਹਰਾਦੂਨ ਜਾਂ 180 ਕਿਲੋਮੀਟਰ ਦੂਰ ਚੰਡੀਗੜ੍ਹ ਤੋਂ ਆਇਆ ਜਾ ਸਕਦਾ ਹੈ।